ਯੋਹੰਨਾ ਦੀ ਰਾਈ ਇੰਜੀਲ 8ਵਾਂ ਬਾਬ। ਇੱਕ ਜ਼ਨਾਨੀ ਜਿਹੜੀ ਜ਼ਨਾਹ ਕਰਦਿਆਂ ਫੜੀ ਗਈ, ਪਰ ਯਸੂ ਜ਼ੈਤੂਨ ਦੇ ਪਹਾੜ ਨੂੰ ਗਿਆ। ਤੇ ਸਵੇਰੇ ਫਿਰ ਹੈਕਲ ਨੂੰ ਗਿਆ ਤੇ ਸਾਰੇ ਲੋਕ ਉਹਦੇ ਕੋਲ ਆਏ ਤੇ ਉਹ ਬਹਿ ਕੇ ਉਹਨਾਂ ਨੂੰ ਸਿਖਾਲਣ ਲੱਗਾ। ਤਦ ਫਕੀ ਤੇ ਫਰੀਸੀ ਇੱਕ ਜ਼ਨਾਨੀ ਨੂੰ ਲਿਆਏ ਜਿਹੜੀ ਜ਼ਨਾਹ ਕਰਦਿਆਂ ਫੜੀ ਗਈ ਸੀ ਤੇ ਉਹਨੂੰ ਵਿਚਕਾਰ ਖਿਲਾਰ ਕੇ ਉਹਨੂੰ ਆਖਿਆ, ਐ ਉਸਤਾਦ, ਇਹ ਜ਼ਨਾਨੀ ਜ਼ਨਾਹ ਕਰਦਿਆਂ ਠੀਕ ਵੇਲੇ ਸਿਰ ਫੜੀ ਗਈ ਹੈ। ਹੁਣ ਸ਼ਰੀਅਤ ਵਿੱਚ ਮੂਸਾ ਨੇ ਸਾਨੂੰ ਹੁਕਮ ਦਿੱਤਾ ਭਈ ਇਹੋ ਜਿਹਿਆਂ ਨੂੰ ਪੱਥਰਾਂ ਨਾਲ ਮਾਰ ਸਕੋ। ਸੋ ਤੂੰ ਇਹਦੀ ਬਾਬਤ ਕੀ ਆਖਣਾ ਏ? ਪਰ ਉਹਨਾਂ ਉਹਨੂੰ ਅਜ਼ਮਾਉਣ ਲਈ ਇਹ ਗੱਲ ਕੀਤੀ ਸੀ ਭਈ ਉਹਦੇ ਉੱਤੇ ਨਾਲਿਸ਼ ਕਰਨ ਦਾ ਮੌਕਾ ਮਿਲੇ, ਪਰ ਯਸੂ ਹੇਠਿਆਂ ਨੀਵਿਓ ਕੇ ਉਂਗਲ ਨਾਲ ਜ਼ਮੀਨ ਉੱਤੇ ਲਿਖਣ ਲੱਗਾ। ਜਦ ਉਹਨੂੰ ਪੁੱਛਦੇ ਹੀ ਜਾਂਦੇ ਸਨ ਉਹ ਸੁਤਾਹ ਹੋ ਕੇ ਉਹਨਾਂ ਨੂੰ ਆਖਿਆ, ਜਿਹੜਾ ਤੁਹਾਡੇ ਵਿੱਚੋਂ ਬੇਗੁਨਾਹ ਹੋਏ ਉਹ ਪਹਿਲਾ ਪੱਥਰ ਉਹਦੇ ਉੱਤੇ ਮਾਰੇ ਤੇ ਫਿਰ ਹੇਠਿਆਂ ਨੀਵੋ ਕੇ ਜ਼ਮੀਨ ਉੱਤੇ ਲਿਖਣ ਲੱਗਾ। ਉਹ ਇਹ ਸੁਣ ਕੇ ਵੱਡਿਆਂ ਤੋਂ ਲੈ ਕੇ ਨਿੱਕਿਆਂ ਤਿੱਕਰ ਇੱਕ ਇੱਕ ਕਰਕੇ ਟੁਰ ਗਏ ਤੇ ਯਸੂ ਕੱਲਾ ਰਹਿ ਗਿਆ। ਤੇ ਜ਼ਨਾਨੀ ਉੱਥੇ ਹੀ ਵਿਚਕਾਰ ਰਹਿ ਗਈ। ਜਦ ਯਸੂ ਤਾਂ ਹੋ ਕੇ ਜ਼ਨਾਨੀ ਦੇ ਬਿਨਾਂ ਕਿਸੇ ਨੂੰ ਨਾ ਵੇਖਿਆ ਤੇ ਉਹਨੂੰ ਆਖਿਆ, ਐ ਔਰਤ, ਉਹ ਲੋਕ ਕਿੱਥੇ ਨੇ? ਕਿਸੇ ਨੇ ਤੇਰੇ ਉੱਤੇ ਫਤਵਾ ਨਹੀਂ ਦਿੱਤਾ? ਤੇ ਉਸ ਆਖਿਆ, ਐ ਖੁਦਾਵੰਦ, ਕਿਸੇ ਵੀ ਨਹੀਂ। ਤਦ ਯਸੂ ਉਹਨੂੰ ਆਖਿਆ, ਮੈਂ ਵੀ ਤੇਰੇ ਉੱਤੇ ਫਤਵਾ ਨਹੀਂ ਦਿੰਦਾ, ਟੁਰ ਜਾ। ਤੇ ਐਦੋਂ ਅੱਗੇ ਮੁੜ ਕੇ ਕਦੀ ਗੁਨਾਹ ਨਾ ਕਰੀ। ਯਸੂ ਦੁਨੀਆ ਦਾ ਨੂਰ। ਤਦ ਯਸੂ ਫਿਰ ਉਹਨਾਂ ਨੂੰ ਆਖਿਆ, ਦੁਨੀਆ ਦਾ ਚਾਨਣ ਮੈਂ ਆ। ਉਹ ਜਿਹੜਾ ਮੇਰੇ ਮਗਰ ਆਉਂਦਾ ਏ ਹਨੇਰੇ ਵਿੱਚ ਨਹੀਂ ਟੁਰੇਗਾ, ਸਗੋਂ ਉਹਨੂੰ ਜ਼ਿੰਦਗੀ ਦਾ ਚਾਨਣ ਮਿਲੇਗਾ। ਤਦ ਫਰੀਸੀਆਂ ਆਖਿਆ, ਆਪਣੇ ਹੱਕ ਵਿੱਚ ਤੂੰ ਆਪ ਗਵਾਹੀ ਦੇਣਾ ਏ, ਤੇਰੀ ਗਵਾਹੀ ਸੱਚੀ ਨਹੀਂ। ਯਸੂ ਉਹਨਾਂ ਨੂੰ ਆਖਿਆ, ਭਾਵੇਂ ਮੈਂ ਆਪ ਆਪਣੇ ਹੱਕ ਵਿੱਚ ਗਵਾਹੀ ਦੇਣਾ ਤੇ ਮੇਰੀ ਗਵਾਹੀ ਸੱਚੀ ਏ, ਕਿਉਂ ਜੋ ਮੈਂ ਜਾਣਨਾ ਭਈ ਕਿੱਧਰੋਂ ਆਇਆ ਤੇ ਕਿੱਧਰ ਨੂੰ ਜਾਣਾ, ਪਰ ਤੁਸੀਂ ਨਹੀਂ ਜਾਣਦੇ ਭਈ ਕਿੱਧਰੋਂ ਆਇਆ ਤੇ ਕਿੱਧਰ ਨੂੰ ਜਾਣਾ। ਤੁਸੀਂ ਜਿਸਮ ਦੇ ਮੁਤਾਬਕ ਫੈਸਲਾ ਕਰਦੇ ਹੋ, ਮੈਂ ਕਿਸੇ ਦਾ ਫੈਸਲਾ ਨਹੀਂ ਕਰਦਾ, ਤੇ ਜੇ ਮੈਂ ਫੈਸਲਾ ਕਰਨਾ ਤੇ ਮੇਰਾ ਫੈਸਲਾ ਸੱਚਾ ਏ, ਕਿਉਂ ਜੋ ਮੈਂ ਇਕੱਲਾ ਨਹੀਂ ਆ
ਪਰ ਮੈਂ ਤੇ ਬਾਪ ਜਿਸ ਮੈਨੂੰ ਘਲਿਆ। ਤੁਹਾਡੀ ਸ਼ਰੀਅਤ ਵਿੱਚ ਲਿਖਿਆ ਏ ਭਈ ਦੋ ਬੰਦਿਆਂ ਦੀ ਗਵਾਹੀ ਸੱਚੀ ਹੁੰਦੀ ਏ। ਮੈਂ ਆ ਜਿਹੜਾ ਆਪਣੇ ਹੱਕ ਵਿੱਚ ਗਵਾਹੀ ਦੇਣਾ ਤੇ ਬਾਪ ਜਿਸ ਮੈਨੂੰ ਘਲਿਆ ਏ ਮੇਰੇ ਹੱਕ ਵਿੱਚ ਗਵਾਹੀ ਦਿੰਦਾ ਏ। ਤਦ ਉਹਨਾਂ ਉਹਨੂੰ ਆਖਿਆ, ਕਿੱਥੇ ਤੇਰਾ ਬਾਪ? ਯਸੂ ਜਵਾਬ ਦਿੱਤਾ, ਨਾ ਤੁਸੀਂ ਮੈਨੂੰ ਜਾਣਦੇ ਹੋ ਤੇ ਨਾ ਮੇਰੇ ਬਾਪ ਨੂੰ। ਜੇ ਤੁਸੀਂ ਮੈਨੂੰ ਜਾਣਦੇ ਤੇ ਮੇਰੇ ਬਾਪ ਨੂੰ ਵੀ ਜਾਣਦੇ। ਉਸ ਹੈਕਲ ਦੇ ਵਿੱਚ ਤਾਲੀਮ ਦਿੰਦਿਆਂ ਹੋਇਆ ਇਹ ਗੱਲਾਂ ਖਜ਼ਾਨੇ ਵਿੱਚ ਆਖੀਆਂ ਤੇ ਕਿਸੇ ਉਹਨੂੰ ਨਾ ਫੜਿਆ, ਕਿਉਂ ਜੋ ਉਹਦਾ ਵੇਲਾ ਅਜੇ ਨਹੀਂ ਸੀ ਆਇਆ। ਜਿੱਥੇ ਮੈਂ ਜਾਣਾ ਤੁਸੀਂ ਨਹੀਂ ਜਾ ਸਕਦੇ। ਤਦ ਉਸ ਫਿਰ ਉਹਨਾਂ ਨੂੰ ਆਖਿਆ, ਮੈਂ ਜਾਣਾ ਤੇ ਤੁਸੀਂ ਮੈਨੂੰ ਲੱਭੋਗੇ ਤੇ ਆਪਣੇ ਗੁਨਾਹ ਵਿੱਚ ਮਰੋਗੇ। ਜਿੱਥੇ ਮੈਂ ਜਾਣਾ ਤੁਸੀਂ ਨਹੀਂ ਆ ਸਕਦੇ। ਤਦ ਯਹੂਦੀਆਂ ਆਖਿਆ, ਉਹ ਆਪਣੇ ਆਪ ਨੂੰ ਮਾਰ ਸੁੱਟੇਗਾ ਜਿਹੜਾ ਆਖਦਾ ਹੈ ਭਈ ਜਿੱਥੇ ਮੈਂ ਜਾਣਾ ਤੁਸੀਂ ਨਹੀਂ ਆ ਸਕਦੇ। ਤੇ ਉਸ ਉਹਨਾਂ ਨੂੰ ਆਖਿਆ, ਤੁਸੀਂ ਹੇਠੋਂ ਮੈਂ ਉੱਤੋਂ ਆ, ਤੁਸੀਂ ਇਸ ਦੁਨੀਆਂ ਤੋਂ ਮੈਂ ਇਸ ਦੁਨੀਆਂ ਤੋਂ ਨਹੀਂ। ਇਸ ਕਰਕੇ ਮੈਂ ਤੁਹਾਨੂੰ ਆਖਿਆ ਭਈ ਤੁਸੀਂ ਆਪਣੇ ਗੁਨਾਹਾਂ ਵਿੱਚ ਮਰੋਗੇ, ਕਿਉਂ ਜੇ ਤੁਸੀਂ ਨਹੀਂ ਮੰਨੋਗੇ ਭਈ ਮੈਂ ਉਹ ਹਾਂ ਤੇ ਤੁਸੀਂ ਆਪਣੇ ਗੁਨਾਹਾਂ ਵਿੱਚ ਮਰੋਗੇ। ਤਦ ਉਹਨਾਂ ਉਹਨੂੰ ਆਖਿਆ, ਤੂੰ ਇਹ ਕੌਣ? ਯਸੂ ਉਹਨਾਂ ਨੂੰ ਆਖਿਆ, ਉਹ ਜਿਹੜਾ ਮੈਂ ਤੁਹਾਨੂੰ ਮੁੱਢੋਂ ਦੱਸਦਾ ਆਇਆ। ਮੈਨੂੰ ਤੁਹਾਡੀ ਬਾਬਤ ਬਹੁਤ ਕੁਝ ਬੋਲਣਾ ਤੇ ਫੈਸਲਾ ਕਰਨਾ ਏ, ਪਰ ਮੇਰਾ ਘੱਲਣ ਵਾਲਾ ਸੱਚਾ ਏ ਤੇ ਜਿਹੜੀਆਂ ਗੱਲਾਂ ਮੈਂ ਉਹਦੇ ਕੋਲੋਂ ਸੁਣੀਆਂ ਨੇ ਸੋ ਹੀ ਮੈਂ ਦੁਨੀਆਂ ਵਿੱਚ ਬੋਲਣਾ। ਉਹਨਾਂ ਨੂੰ ਪਤਾ ਨਾ ਲੱਗਾ ਭਈ ਉਹ ਸਾਡੇ ਨਾਲ ਬਾਪ ਦੀ ਗੱਲ ਕਰਦਾ ਏ। ਇਸ ਲਈ ਯਸੂ ਆਖਿਆ, ਜਦ ਤੁਸੀਂ ਇਬਨ ਆਦਮ ਨੂੰ ਉੱਚਿਆਂ ਕਰੋਗੇ ਤਦ ਤੁਹਾਨੂੰ ਪਤਾ ਲੱਗੇਗਾ ਭਈ ਮੈਂ ਉਹ ਹਾਂ ਤੇ ਇਹ ਭਈ ਮੈਂ ਆਪਣੇ ਵੱਲੋਂ ਕੁਝ ਨਹੀਂ ਕਰਦਾ, ਪਰ ਜਿਵੇਂ ਬਾਪ ਮੈਨੂੰ ਸਿਖਾ ਲਿਆ ਮੈਂ ਇਹ ਗੱਲਾਂ ਕਰਦਾ ਤੇ ਮੇਰਾ ਕੱਲਣ ਵਾਲਾ ਮੇਰੇ ਨਾਲ ਏ। ਉਸ ਮੈਨੂੰ ਕੱਲਾ ਨਹੀਂ ਛੱਡਿਆ, ਕਿਉਂ ਜੋ ਮੈਂ ਹਮੇਸ਼ ਉਹ ਹੀ ਕੰਮ ਕਰਨਾ ਜਿਹੜੇ ਉਹਨੂੰ ਚੰਗੇ ਲੱਗਦੇ ਨੇ। ਜਦ ਉਹ ਇਹ ਗੱਲਾਂ ਪਿਆ ਆਖਦਾ ਸੀ ਬਥੇਰੇ ਉਹਦੇ ਉੱਤੇ ਇਮਾਨ ਲਿਆਏ। ਤਦ ਯਸੂ ਉਹਨਾਂ ਯਹੂਦੀਆਂ ਨੂੰ ਜਿਹੜੇ ਉਹਦੇ ਉੱਤੇ ਇਮਾਨ ਲਿਆਏ ਸਨ ਆਖਿਆ, ਜੇ ਤੁਸੀਂ ਮੇਰੇ ਕਲਾਮ ਵਿੱਚ ਰਹੋਗੇ ਤਦ ਤੁਸੀਂ ਸੱਚਮੁੱਚ ਮੇਰੇ ਸ਼ਾਗਿਰਦ ਬਣੋਗੇ ਤੇ ਤੁਸੀਂ ਸੱਚਾਈ ਨੂੰ ਜਾਣੋਗੇ ਤੇ ਸੱਚਾਈ ਤੁਹਾਨੂੰ ਆਜ਼ਾਦ ਕਰੇਗੀ। ਉਹਨਾਂ ਉਹਨੂੰ ਆਖਿਆ, ਅਸੀਂ ਅਬਰਾਹਮ ਦੀ ਨਸਲ ਹਾਂ ਤੇ ਕਦੇ ਕਿਸੇ ਦੇ ਗੁਲਾਮ ਨਹੀਂ ਸਾਂ ਹੋਏ, ਤੂੰ ਕਿਵੇਂ ਆਖਣਾ ਹੈ ਭਈ ਤੁਸੀਂ ਆਜ਼ਾਦ ਹੋਵੋਗੇ? ਯਸੂ ਜਵਾਬ ਦਿੱਤਾ, ਮੈਂ ਤੁਹਾਨੂੰ ਸੱਚ ਸੱਚ ਆਖਣਾ, ਜਿਹੜਾ ਕੋਈ ਗੁਨਾਹ ਕਰਦਾ ਹੈ ਗੁਨਾਹ ਦਾ ਗੁਲਾਮ ਹੈ ਤੇ ਗੁਲਾਮ ਹਮੇਸ਼ ਘਰ ਵਿੱਚ ਨਹੀਂ ਰਹਿੰਦਾ ਪਰ ਪੁੱਤਰ ਸਦਾ ਰਹਿੰਦਾ ਹੈ। ਤੇ ਜੇ ਪੁੱਤਰ ਤੁਹਾਨੂੰ ਆਜ਼ਾਦ ਕਰੇਗਾ ਤੇ ਤੁਸੀਂ ਠੀਕ ਆਜ਼ਾਦ ਹੋਵੋਗੇ। ਮੈਂ ਜਾਣਨਾ ਭਈ ਤੁਸੀਂ ਅਬਰਾਹਮ ਦੀ ਨਸਲ ਹੋ, ਤਦ ਵੀ ਤੁਸੀਂ ਮੇਰੇ ਮਾਰਨ ਦਾ ਰਾਹ ਲੱਭਦੇ ਹੋ, ਕਿਉਂ ਜੋ ਮੇਰੇ ਕਲਾਮ ਨੂੰ ਤੁਹਾਡੇ ਵਿੱਚ ਥਾਂ ਨਹੀਂ ਮਿਲਦਾ। ਜੋ ਕੁਝ ਮੈਂ ਆਪਣੇ ਬਾਪ ਕੋਲ ਵੇਖਿਆ ਏ ਉਹੋ ਮੈਂ ਬੋਲਣਾ ਤੇ ਤੁਸੀਂ ਉਹੋ ਕਰਦੇ ਹੋ ਜਿਹੜਾ ਤੁਸਾਂ ਆਪਣੇ ਪਿਓ ਕੋਲੋਂ ਸੁਣਿਆ ਏ। ਉਹਨਾਂ ਉਹਨੂੰ ਆਖਿਆ, ਸਾਡਾ ਪਿਓ ਅਬਰਾਹਮ ਏ। ਯਸੂ ਉਹਨਾਂ ਨੂੰ ਆਖਿਆ, ਜੇ ਤੁਸੀਂ ਅਬਰਾਹਮ ਦੀ ਔਲਾਦ ਹੁੰਦੇ ਤੇ ਅਬਰਾਹਮ ਜੇ ਕੰਮ ਕਰਦੇ, ਪਰ ਹੁਣ ਮੇਰੇ ਜੇ ਬੰਦੇ ਨੂੰ ਮਾਰਨਾ ਚਾਹੁੰਦੇ ਹੋ ਜਿਸ ਤੁਹਾਨੂੰ ਇਹ ਸੱਚੀ ਗੱਲ ਦੱਸੀ ਏ ਜਿਹੜੀ ਮੈਂ ਖੁਦਾ ਕੋਲੋਂ ਸੁਣੀ। ਅਬਰਾਹਮ ਅਜਿਹਾ ਨਹੀਂ ਕੀਤਾ, ਤੁਸੀਂ ਆਪਣੇ ਪਿਓ ਦੇ ਕੰਮ ਕਰਦੇ ਹੋ। ਉਹਨਾਂ ਉਹਨੂੰ ਆਖਿਆ, ਅਸੀਂ ਹਰਾਮ ਦੇ ਨਹੀਂ ਜੰਮੇ, ਸਾਡਾ ਇੱਕ ਬਾਪ ਏ ਯਾਨੀ ਖੁਦਾ। ਯਸੂ ਉਹਨਾਂ ਨੂੰ ਆਖਿਆ, ਜੇ ਖੁਦਾ ਤੁਹਾਡਾ ਬਾਪ ਹੁੰਦਾ ਤੇ ਤੁਸੀਂ ਮੈਨੂੰ ਪਿਆਰ ਕਰਦੇ, ਕਿਉਂ ਜੋ ਮੈਂ ਖੁਦਾ ਤੋਂ ਨਿਕਲਿਆ ਤੇ ਆਇਆ ਤੇ ਮੈਂ ਆਪ ਤੋਂ ਨਹੀਂ ਆਇਆ ਪਰ ਉਸ ਮੈਨੂੰ ਘੱਲਿਆ। ਤੁਸੀਂ ਮੇਰੀਆਂ ਗੱਲਾਂ ਕਿਉਂ ਨਹੀਂ ਸਮਝਦੇ? ਇਸ ਲਈ ਭਈ ਤੁਸੀਂ ਮੇਰੇ ਕਲਾਮ ਨੂੰ ਨਹੀਂ ਸੁਣ ਸਕਦੇ। ਤੁਸੀਂ ਆਪਣੇ ਪਿਓ ਇਬਲੀਸ ਤੋਂ ਤੇ ਆਪਣੇ ਪਿਓ ਦੀਆਂ ਖਾਹਿਸ਼ਾਂ ਨੂੰ
ਪੂਰਾ ਕਰਨਾ ਚਾਹੁੰਦੇ ਹੋ। ਉਹ ਮੁੱਢੋ ਹੀ ਖੂਨੀ ਸੀ ਤੇ ਸਚਾਈ ਉੱਤੇ ਖਲੋਤਾ ਨਾ ਰਿਹਾ, ਕਿਉਂ ਜੋ ਉਹਦੇ ਵਿੱਚ ਸਚਾਈ ਹੈ ਨਹੀਂ। ਜਦੋਂ ਉਹ ਝੂਠ ਬੋਲਦਾ ਏ, ਉਹ ਆਪਣੇ ਹੀ ਵੱਲੋਂ ਬੋਲਦਾ ਏ, ਕਿਉਂ ਜੋ ਝੂਠਾ ਏ ਤੇ ਝੂਠ ਦਾ ਪਿਓ ਏ। ਪਰ ਤੁਸੀਂ ਮੈਨੂੰ ਇਸ ਗੱਲੇ ਨਹੀਂ ਮੰਨਦੇ, ਕਿਉਂ ਜੋ ਮੈਂ ਸੱਚ ਆਖਣਾ। ਤੁਹਾਡੇ ਵਿੱਚੋਂ ਕੌਣ ਏ ਜਿਹੜਾ ਮੇਰੇ ਉੱਤੇ ਗੁਨਾਹ ਸਾਬਤ ਕਰਦਾ ਏ? ਜੇ ਮੈਂ ਸੱਚ ਆਖਣਾ, ਤੁਸੀਂ ਮੈਨੂੰ ਕਿਉਂ ਨਹੀਂ ਮੰਨਦੇ? ਉਹ ਜਿਹੜਾ ਖੁਦਾ ਤੋਂ ਏ, ਖੁਦਾ ਦੀਆਂ ਗੱਲਾਂ ਸੁਣਦਾ ਏ, ਤੁਸੀਂ ਇਸ ਕਰਕੇ ਨਹੀਂ ਸੁਣਦੇ ਕਿਉਂ ਜੋ ਖੁਦਾ ਤੋਂ ਨਹੀਂ ਹੋ। ਯਹੂਦੀਆਂ ਨੇ ਜਵਾਬ ਦਿੱਤਾ, ਅਸਾਂ ਠੀਕ ਨਹੀਂ ਆਖਿਆ ਭਈ ਤੂੰ ਸਾਮਰੀ ਏ ਤੇ ਤੈਨੂੰ ਬਦਰੂ ਚਮੜੀ ਹੋਈ ਏ? ਯਸੂ ਜਵਾਬ ਦਿੱਤਾ, ਮੇਰੇ ਵਿੱਚ ਬਦਰੂ ਨਹੀਂ, ਪਰ ਮੈਂ ਆਪਣੇ ਬਾਪ ਦੀ ਇੱਜ਼ਤ ਕਰਨਾ ਤੇ ਤੁਸੀਂ ਮੇਰੀ ਬੇਇੱਜ਼ਤੀ ਕਰਦੇ ਹੋ। ਪਰ ਮੈਂ ਆਪਣਾ ਜਲਾਲ ਨਹੀਂ ਲੱਭਦਾ, ਇੱਕ ਏ ਜਿਹੜਾ ਲੱਭਦਾ ਤੇ ਫੈਸਲਾ ਕਰਦਾ ਏ। ਮੈਂ ਤੁਹਾਨੂੰ ਸੱਚ ਸੱਚ ਆਖਣਾ, ਜੇ ਕੋਈ ਮੇਰੀਆਂ ਗੱਲਾਂ ਨੂੰ ਮੰਨੇ, ਉਹ ਮੌਤ ਨੂੰ ਕਦੀ ਵੀ ਨਹੀਂ ਵੇਖੇਗਾ। ਤਦ ਯਹੂਦੀਆਂ ਉਹਨੂੰ ਆਖਿਆ, ਹੁਣ ਅਸਾਂ ਜਾਣ ਲਿਆ ਏ ਭਈ ਤੇਰੇ ਵਿੱਚ ਬਦਰੂ ਏ। ਅਬਰਾਹਮ ਮਰ ਗਿਆ ਤੇ ਨਬੀ ਮਰ ਗਏ, ਪਰ ਤੂੰ ਆਖਣਾ ਏ ਭਈ ਜਿਹੜਾ ਮੇਰੀਆਂ ਗੱਲਾਂ ਨੂੰ ਮੰਨੇ, ਉਹ ਕਦੀ ਵੀ ਮੌਤ ਦਾ ਸਵਾਦ ਨਾ ਲਏਗਾ। ਤੂੰ ਸਾਡੇ ਪਿਓ ਅਬਰਾਹਮ ਨਾਲੋਂ ਵੱਡਾ ਏ, ਉਹ ਤੇ ਮਰ ਗਿਆ ਏ ਤੇ ਨਬੀ ਵੀ ਮਰ ਗਏ, ਤੂੰ ਆਪਣੇ ਆਪ ਨੂੰ ਕੀ ਬਣਾਉਣਾ ਏ? ਯਸੂ ਜਵਾਬ ਦਿੱਤਾ, ਜੇ ਮੈਂ ਆਪਣੇ ਆਪ ਨੂੰ ਵਡਿਆਵਾਂ ਤੇ ਮੇਰੀ ਵਡਿਆਈ ਕੁਝ ਨਹੀਂ ਏ, ਪਰ ਮੇਰੀ ਵਡਿਆਈ ਮੇਰਾ ਬਾਪ ਕਰਦਾ ਏ ਜਿਹਨੂੰ ਤੁਸੀਂ ਆਖਦੇ ਹੋ ਭਈ ਉਹ ਸਾਡਾ ਖੁਦਾ ਏ, ਤੇ ਤੁਸਾਂ ਉਹਨੂੰ ਨਹੀਂ ਪਛਾਣਿਆ ਏ, ਪਰ ਮੈਂ ਉਹਨੂੰ ਜਾਣਨਾ। ਤੇ ਜੇ ਮੈਂ ਆਖਾਂ ਭਈ ਮੈਂ ਉਹਨੂੰ ਨਹੀਂ ਜਾਣਦਾ ਤੇ ਤੁਹਾਡੇ ਵਾਂਗੂ ਝੂਠਾ ਹੋਵਾਂਗਾ, ਪਰ ਮੈਂ ਉਹਨੂੰ ਜਾਣਨਾ ਤੇ ਉਹਦੇ ਕਲਾਮ ਨੂੰ ਮੰਨਣਾ। ਤੁਹਾਡਾ ਪਿਓ ਅਬਰਾਹਮ ਬੜਾ ਹੀ ਖੁਸ਼ ਸੀ ਭਈ ਮੇਰਾ ਦਿਨ ਵੇਖੇ ਤੇ ਉਸ ਵੇਖਿਆ ਤੇ ਖੁਸ਼ ਹੋਇਆ। ਤਦ ਯਹੂਦੀਆਂ ਉਹਨੂੰ ਆਖਿਆ, ਤੂੰ ਅਜੇ ਤੀਕਰ 50 ਵਰਿਆਂ ਦਾ ਨਹੀਂ ਹੋਇਆ, ਤੂੰ ਇਬਰਾਹਮ ਨੂੰ ਡਿੱਠਾ ਏ? ਯਸੂ ਉਹਨਾਂ ਨੂੰ ਆਖਿਆ, ਮੈਂ ਤੁਹਾਨੂੰ ਸੱਚ ਸੱਚ ਆਖਣਾ, ਐਦੋ ਪਹਿਲਾਂ ਭਈ ਇਬਰਾਹਮ ਸੀ ਮੈਂ ਆਇਆ। ਤਦ ਉਹਨਾਂ ਉਹਨੂੰ ਮਾਰਨ ਲਈ ਪੱਥਰ ਚੁੱਕੇ। ਪਰ ਯਸੂ ਲੁਕ ਗਿਆ ਤੇ ਹੈਕਲੋਂ ਬਾਹਰ ਨਿਕਲ ਗਿਆ। ਯੂਹੰਨਾ ਦੀ ਰਾਈ ਅੰਜੀਲ 9ਵਾਂ ਬਾਬ। ਯਸੂ ਇੱਕ ਜਨਮ ਦੇ ਅੰਨੇ ਨੂੰ ਚੰਗਾ ਕਰਦਾ ਹੈ ਤੇ ਉਸ ਲੰਘਦਿਆਂ ਹੋਇਆ ਇੱਕ ਜਮਾਂਦਰੂ ਅੰਨੇ ਨੂੰ ਵੇਖਿਆ ਤੇ ਉਹਦੇ ਸ਼ਾਗਿਰਦਾਂ ਉਹਨੂੰ ਪੁੱਛਿਆ, ਭਈ ਐ ਰੱਬੀ, ਕਿਸ ਗੁਨਾਹ ਕੀਤਾ, ਐਸ ਜਾਂ ਇਹਦੇ ਮਾਪਿਆਂ, ਭਈ ਇਹ ਅੰਨਾ ਜੰਮਿਆ? ਯਸੂ ਜਵਾਬ ਦਿੱਤਾ, ਗੁਨਾਹ ਨਾ ਤੇ ਐਸ ਕੀਤਾ ਨਾ ਇਹਦੇ ਮਾਪਿਆਂ ਨੇ, ਪਰ ਐਸ ਲਈ ਭਈ ਖੁਦਾ ਦੇ ਕੰਮ ਉਹਦੇ ਵਿੱਚ ਜ਼ਾਹਿਰ ਹੋਣ। ਜਦ ਤਿਕਰ ਦੇਣੇ ਸਾਨੂੰ ਉਹਦੇ ਕੰਮ ਕਰਨੇ ਪੈਂਦੇ ਨੇ ਜਿਸ ਮੈਨੂੰ ਘੱਲਿਆ ਏ। ਰਾਤ ਆਉਂਦੀ ਏ
ਜਦ ਕੋਈ ਕੰਮ ਨਹੀਂ ਕਰ ਸਕਦਾ। ਜਦ ਤੀਕਰ ਮੈਂ ਦੁਨੀਆਂ ਵਿੱਚ ਹਾਂ, ਮੈਂ ਦੁਨੀਆਂ ਦਾ ਚਾਨਣ ਹਾਂ। ਇਹ ਆਖ ਕੇ ਉਸ ਜ਼ਮੀਨ ਉੱਤੇ ਥੁੱਕਿਆ ਤੇ ਥੁੱਕ ਨਾਲ ਮਿੱਟੀ ਗੁੰਨੀ ਤੇ ਉਹਦੀਆਂ ਅੱਖੀਆਂ ਉੱਤੇ ਉਹ ਮਿੱਟੀ ਲਿੰਬ ਦਿੱਤੀ। ਤੇ ਉਹਨੂੰ ਆਖਿਆ, ਜਾ ਸ਼ੈਲੂਖ ਦੇ ਹੌਜ਼ ਵਿੱਚ, ਜਿਹਦਾ ਮਤਲਬ ਘਲਿਆ ਹੋਇਆ ਏ, ਨਾ ਤਦ ਉਹ ਜਾ ਕੇ ਨਹਾਤਾ ਤੇ ਸੁਜਾਖਾ ਹੋ ਕੇ ਆਇਆ। ਤਦ ਗਵਾਂਢੀਆਂ ਤੇ ਉਹਨਾਂ ਵੀ ਜਿਨ੍ਹਾਂ ਉਹਨੂੰ ਭੀਖ ਮੰਗਦਿਆਂ ਵੇਖਿਆ ਸੀ, ਆਖਿਆ, ਇਹ ਉਹ ਨਹੀਂ ਜਿਹੜਾ ਬਹਿ ਕੇ ਮੰਗਦਾ ਹੁੰਦਾ ਸੀ? ਹੋਰਨਾਂ ਆਖਿਆ, ਭਈ ਇਹ ਉਹੀ ਏ। ਹੋਰਨਾਂ ਆਖਿਆ, ਨਹੀਂ ਪਰ ਉਹਦੇ ਵਾਂਗਰ ਏ। ਪਰ ਉਸ ਆਖਿਆ, ਮੈਂ ਉਹੋ ਹੀ ਹਾਂ। ਤਦ ਲੋਕਾਂ ਉਹਨੂੰ ਆਖਿਆ, ਫਿਰ ਤੇਰੀਆਂ ਅੱਖੀਆਂ ਕਿਵੇਂ ਖੁੱਲ ਗਈਆਂ? ਉਸ ਜਵਾਬ ਦਿੱਤਾ, ਇੱਕ ਬੰਦੇ ਜਿਹਨੂੰ ਯਸੂ ਆਖਦੇ ਨੇ, ਉਸ ਮਿੱਟੀ ਗੁੰਨ ਕੇ ਮੇਰੀਆਂ ਅੱਖੀਆਂ ਉੱਤੇ ਲੇਪ ਕੀਤਾ ਤੇ ਮੈਨੂੰ ਆਖਿਆ, ਜਾ ਸ਼ੈਲੂਖ ਦੇ ਹੌਜ਼ ਵਿੱਚ ਨਹਾ। ਮੈਂ ਗਿਆ ਤੇ ਨਹਾਤਾ ਤੇ ਵੇਖਣ ਲੱਗਾ। ਤਦ ਉਹਨਾਂ ਉਹਨੂੰ ਪੁੱਛਿਆ, ਉਹ ਕਿੱਥੇ? ਉਸ ਆਖਿਆ, ਮੈਂ ਨਹੀਂ ਜਾਣਦਾ। ਉਹ ਉਹਨੂੰ ਜਿਹੜਾ ਪਹਿਲਾਂ ਅੰਨਾ ਸੀ ਫਰੀਸੀਆਂ ਕੋਲ ਲਿਆਏ ਤੇ ਜਿਸ ਦਿਨ ਯੱਸੂ ਮਿੱਟੀ ਗੁੰਨ ਕੇ ਉਹਦੀਆਂ ਅੱਖੀਆਂ ਖੋਲੀਆਂ, ਸਬਤ ਦਾ ਦਿਨ ਸੀ। ਇਸ ਲਈ ਫਿਰ ਫਰੀਸੀਆਂ ਵੀ ਉਹਨੂੰ ਪੁੱਛਿਆ, ਭਈ ਤੂੰ ਕਿਵੇਂ ਵੇਖਣ ਲੱਗ ਪਿਆ? ਉਸ ਉਹਨਾਂ ਨੂੰ ਆਖਿਆ, ਉਸ ਮੇਰੀ ਅੱਖੀਆਂ ਉੱਤੇ ਮਿੱਟੀ ਲਾਈ ਤੇ ਮੈਂ ਨਹਾਤਾ ਤੇ ਸੁਜਾਖਾਂ। ਤਦ ਫਰੀਸੀਆਂ ਵਿੱਚੋਂ ਕਈਆਂ ਆਖਿਆ, ਭਈ ਇਹ ਬੰਦਾ ਰੱਬ ਵੱਲੋਂ ਨਹੀਂ ਹੈ, ਕਿਉਂ ਜੋ ਸਬਤ ਨੂੰ ਨਹੀਂ ਮੰਨਦਾ। ਪਰ ਹੋਰਨਾਂ ਆਖਿਆ, ਗੁਨਾਹਗਾਰ ਬੰਦਾ ਕਿਵੇਂ ਇਹੋ ਜਿਹੀਆਂ ਕਰਾਮਾਤਾਂ ਵਿਖਾ ਸਕਦਾ ਹੈ? ਤੇ ਉਹਨਾਂ ਵਿੱਚ ਫੁੱਟ ਪੈ ਗਈ। ਤਦ ਉਹਨਾਂ ਉਸ ਅੰਨੇ ਨੂੰ ਆਖਿਆ, ਤੂੰ ਉਹਦੇ ਹੱਕ ਵਿੱਚ ਕੀ ਆਖਣਾ ਏ? ਉਸ ਤੇਰੀਆਂ ਅੱਖੀਆਂ ਜੋ ਖੋਲੀਆਂ। ਉਸ ਆਖਿਆ, ਉਹ ਨਬੀ ਏ। ਪਰ ਯਹੂਦੀਆਂ ਉਹਦੀ ਬਾਬਤ ਸੱਚ ਨਾ ਮੰਨਿਆ, ਭਈ ਉਹ ਅੰਨਾ ਸੀ ਤੇ ਫਿਰ ਵੇਖਣ ਲੱਗਾ। ਜਿੰਨਾ ਚਿਰ ਉਹ ਸੁਜਾਖੇ ਹੋਏ ਦੇ ਮਾਪਿਆਂ ਨੂੰ ਸੱਦ ਕੇ ਉਹਨਾਂ ਕੋਲੋਂ ਇਹ ਪੁੱਛ ਨਾ ਲਿਆ, ਭਈ ਇਹੋ ਤੁਹਾਡਾ ਪੁੱਤਰ ਏ,
ਜਿਹੜਾ ਤੁਸੀਂ ਆਖਦੇ ਹੋ ਭਈ ਅੰਨਾ ਜੰਮਿਆ ਸੀ, ਫਿਰ ਹੁਣ ਕਿਵੇਂ ਵੇਖਦਾ ਏ? ਉਹਦੇ ਮਾਪਿਆਂ ਉਹਨਾਂ ਨੂੰ ਜਵਾਬ ਦਿੱਤਾ, ਅਸੀਂ ਜਾਣਦੇ ਹਾਂ ਭਈ ਇਹ ਸਾਡਾ ਪੁੱਤਰ ਏ ਤੇ ਅੰਨਾ ਜੰਮਿਆ ਸੀ, ਪਰ ਇਹ ਸਾਨੂੰ ਪਤਾ ਨਹੀਂ ਭਈ ਹੁਣ ਕਿਸ ਤਰ੍ਹਾਂ ਵੇਖਦਾ ਏ, ਤੇ ਨਾ ਸਾਨੂੰ ਖਬਰ ਏ ਭਈ ਹੁਣ ਕਿਸ ਉਹਦੀਆਂ ਅੱਖੀਆਂ ਖੋਲ ਦਿੱਤੀਆਂ ਨੇ। ਉਹਨੂੰ ਪੁੱਛੋ, ਉਹ ਜਵਾਨ ਏ, ਆਪਣਾ ਹਾਲ ਉਹ ਆਪੇ ਦੱਸੇਗਾ। ਇਹ ਗੱਲਾਂ ਉਹਦੇ ਮਾਪਿਆਂ ਇਸ ਵਾਸਤੇ ਆਖੀਆਂ ਕਿਉਂ ਜੋ ਉਹ ਯਹੂਦੀਆਂ ਕੋਲੋਂ ਡਰਦੇ ਸਨ, ਇਸ ਲਈ ਭਈ ਯਹੂਦੀਆਂ ਆਪੋ ਵਿੱਚ ਏਕਾ ਕੀਤਾ ਹੋਇਆ ਸੀ ਭਈ ਜਿਹੜਾ ਕੋਈ ਉਹਨੂੰ ਮਸੀਹ ਆਖੇ ਇਬਾਦਤ ਖਾਨੇ ਉਹ ਕੱਢਿਆ ਜਾਏ। ਤਦੇ ਉਹਦੇ ਮਾਪਿਆਂ ਆਖਿਆ ਸੀ, ਉਹ ਜਵਾਨ ਏ, ਉਹਨੂੰ ਪੁੱਛੋ। ਤਦ ਦੂਜੀ ਵਾਰੀ ਉਹਨਾਂ ਉਸ ਬੰਦੇ ਨੂੰ ਜਿਹੜਾ ਅੰਨਾ ਸੀ ਸੱਦ ਕੇ ਆਖਿਆ, ਰੱਬ ਦੀ ਵਡਿਆਈ ਕਰ, ਅਸੀਂ ਜਾਣਦੇ ਹਾਂ ਭਈ ਇਹ ਗੁਨਾਹਗਾਰ ਬੰਦਾ ਏ। ਉਸ ਜਵਾਬ ਦਿੱਤਾ, ਮੈਂ ਨਹੀਂ ਜਾਣਦਾ ਭਈ ਉਹ ਗੁਨਾਹਗਾਰ ਏ ਕਿ ਨਹੀਂ, ਪਰ ਇੱਕ ਗੱਲ ਮੈਂ ਜਾਣਨਾ ਭਈ ਮੈਂ ਅੰਨਾ ਸਾਂ ਤੇ ਹੁਣ ਸੁਜਾਕ ਹਾਂ। ਤਦ ਉਹਨਾਂ ਉਹਨੂੰ ਆਖਿਆ, ਉਸ ਤੈਨੂੰ ਕੀ ਕੀਤਾ? ਉਸ ਤੇਰੀਆਂ ਅੱਖੀਆਂ ਕਿਸ ਤਰ੍ਹਾਂ ਖੋਲੀਆਂ? ਉਸ ਉਹਨਾਂ ਨੂੰ ਜਵਾਬ ਦਿੱਤਾ, ਮੈਂ ਹੁਣੇ ਤੁਹਾਨੂੰ ਦੱਸਿਆ ਏ ਤੇ ਤੁਸੀਂ ਸੁਣਿਆ ਨਹੀਂ, ਮੁੜ ਤੁਸੀਂ ਕਾਹਦੇ ਲਈ ਸੁਣਨਾ ਚਾਹੁੰਦੇ ਹੋ? ਤੁਸੀਂ ਵੀ ਉਹਦੇ ਸ਼ਾਗਿਰਦ ਤੇ ਬਣਨਾ ਨਹੀਂ ਚਾਹੁੰਦੇ? ਤਦ ਉਹਨਾਂ ਉਹਨੂੰ ਫਟਕਾਰਿਆ ਤੇ ਆਖਿਆ, ਤੂੰ ਹੀ ਉਹਦਾ ਸ਼ਾਗਿਰਦ ਏ, ਪਰ ਅਸੀਂ ਤੇ ਮੂਸਾ ਦੇ ਸ਼ਾਗਿਰਦ ਆ। ਸਾਨੂੰ ਮਾਲੂਮ ਏ ਭਈ ਖੁਦਾ ਮੂਸਾ ਨਾਲ ਕਲਾਮ ਕੀਤਾ ਹੈ, ਪਰ ਇਹਨੂੰ ਅਸੀਂ ਨਹੀਂ ਜਾਣਦੇ ਭਈ ਇਹ ਕਿੱਥੋਂ ਦਾ ਏ। ਉਸ ਬੰਦੇ ਉਹਨਾਂ ਨੂੰ ਜਵਾਬ ਦਿੱਤਾ, ਇਹ ਤੇ ਅਚਰਜ ਗੱਲ ਏ ਭਈ ਤੁਸੀਂ ਨਹੀਂ ਜਾਣਦੇ ਭਈ ਉਹ ਕਿੱਥੋਂ ਦਾ ਏ, ਤੇ ਉਸ ਮੇਰੀਆਂ ਅੱਖੀਆਂ ਖੋਲ ਦਿੱਤੀਆਂ। ਅਸੀਂ ਜਾਣਦੇ ਹਾਂ ਭਈ ਖੁਦਾ ਗੁਨਾਹਗਾਰ ਦੀ ਨਹੀਂ ਸੁਣਦਾ, ਪਰ ਜੇ ਕੋਈ ਖੁਦਾ ਦਾ ਭਗਤ ਹੋਏ ਤੇ ਉਹਦੀ ਮਰਜ਼ੀ ਉੱਤੇ ਚੱਲੇ ਉਹਦੀ ਸੁਣਦਾ ਏ। ਦੁਨੀਆਂ ਦੇ ਸ਼ੁਰੂ ਤੋਂ ਨਹੀਂ ਸੁਣਿਆ ਗਿਆ ਭਈ ਕਿਸੇ ਜਮਾਂਦਰੂ ਅੰਨੇ ਦੀਆਂ ਅੱਖੀਆਂ ਖੁੱਲੀਆਂ ਹੋਣ। ਜੇ ਉਹ ਬੰਦਾ ਖੁਦਾ ਵੱਲੋਂ ਨਾ ਹੁੰਦਾ ਤੇ ਕੁਝ ਨਾ ਕਰ ਸਕਦਾ। ਉਹਨਾਂ ਉਹਨੂੰ ਜਵਾਬ ਵਿੱਚ ਆਖਿਆ, ਤੂੰ ਤੇ ਗੁਨਾਹਾਂ ਵਿੱਚ ਜੰਮਿਆ ਸੈਂ ਤੇ ਸਾਨੂੰ ਸਿਖਾਉਣਾ ਏ? ਤੇ ਉਹਨੂੰ ਬਾਹਰ ਕੱਢ ਦਿੱਤਾ। ਯਸੂ ਸੁਣਿਆ ਭਈ ਉਹਨਾਂ ਉਹਨੂੰ ਕੱਢ ਦਿੱਤਾ ਤੇ ਉਹਨੂੰ ਲੱਭ ਕੇ ਆਖਿਆ, ਤੂੰ ਖੁਦਾ ਦੇ ਪੁੱਤਰ ਉੱਤੇ ਇਮਾਨ ਲਿਆਉਣਾ ਏ? ਉਸ ਆਖਿਆ, ਖੁਦਾਵੰਦ ਉਹ ਕਿਹੜਾ ਏ ਭਈ ਮੈਂ ਉਹਦੇ ਉੱਤੇ ਇਮਾਨ ਲਿਆਵਾਂ? ਯਸੂ ਉਹਨੂੰ ਆਖਿਆ, ਤੂੰ ਤੇ ਉਹਨੂੰ ਵੇਖਿਆ ਏ ਤੇ ਉਹ ਉਹ ਏ ਜਿਹੜਾ ਤੇਰੇ ਨਾਲ ਗੱਲਾਂ ਕਰਦਾ ਏ। ਉਸ ਆਖਿਆ, ਐ ਖੁਦਾਵੰਦ ਮੈਂ ਇਮਾਨ ਲਿਆਉਣਾ ਵਾਂ, ਤੇ ਉਸ ਉਹਨੂੰ ਸਜਦਾ ਕੀਤਾ। ਤੇ ਯਸੂ ਆਖਿਆ, ਇਸ ਦੁਨੀਆਂ ਵਿੱਚ ਮੈਂ ਅਦਾਲਤ ਕਰਨ ਆਇਆ ਭਈ ਉਹ ਜਿਨ੍ਹਾਂ ਨੂੰ ਨਹੀਂ ਦਿਸਦਾ ਵੇਖਣ ਤੇ ਜਿਨ੍ਹਾਂ ਨੂੰ ਦਿਸਦਾ ਏ ਅੰਨੇ ਹੋ ਜਾਣ। ਉਹਨਾਂ ਫਰੀਸੀਆਂ ਜਿਹੜੇ ਉਹਦੇ ਨਾਲ ਸਨ ਇਹ ਸੁਣ ਕੇ ਉਹਨੂੰ ਆਖਿਆ, ਅਸੀਂ ਵੀ ਅੰਨੇ ਆ? ਯਸੂ ਉਹਨਾਂ ਨੂੰ ਆਖਿਆ, ਜੇ ਤੁਸੀਂ ਅੰਨੇ ਹੁੰਦੇ ਤੇ ਤੁਹਾਡਾ ਗੁਨਾਹ ਨਾ ਹੁੰਦਾ, ਪਰ ਹੁਣ ਤੁਸੀਂ ਆਖਦੇ ਹੋ ਭਈ ਸਾਨੂੰ ਦਿਸਦਾ ਏ, ਤੁਹਾਡਾ ਗੁਨਾਹ ਤੁਹਾਡੇ ਜ਼ਿੰਮੇ ਰਹਿੰਦਾ ਏ। ਮੈਂ ਤੁਹਾਨੂੰ ਸੱਚ ਸੱਚ ਆਖਣਾ, ਜਿਹੜਾ ਭੇਡਾਂ ਦੇ ਵਾੜੇ ਵਿੱਚ ਬੂਹੇ ਰਾਹ ਨਹੀਂ ਵੜਦਾ ਪਰ ਕਿਸੇ ਹੋਰ ਪਾਸਿਓਂ ਟੱਪਦਾ ਆਉਂਦਾ ਏ, ਉਹ ਚੋਰ ਤੇ ਡਾਕੂ ਏ, ਪਰ ਜਿਹੜਾ ਬੂਹੇ ਰਾਹ ਵੜਦਾ ਏ ਉਹ ਭੇਡਾਂ ਦਾ ਇਆਲੀ ਏ। ਚੌਕੀਦਾਰ ਉਹਦੇ ਵਾਸਤੇ ਬੂਹਾ ਖੋਲਦਾ ਏ ਤੇ ਭੇਡਾਂ ਉਹਦੀ ਆਵਾਜ਼ ਸੁਣਦੀਆਂ ਨੇ,
ਤੇ ਉਹ ਆਪਣੀਆਂ ਭੇਡਾਂ ਨੂੰ ਨਾਂ ਲੈ ਕੇ ਸੱਦਦਾ ਏ ਤੇ ਉਹਨਾਂ ਨੂੰ ਬਾਹਰ ਲੈ ਜਾਂਦਾ ਏ। ਜਦ ਉਹ ਆਪਣੀਆਂ ਸਾਰੀਆਂ ਭੇਡਾਂ ਨੂੰ ਬਾਹਰ ਕੱਢਦਾ ਏ ਤੇ ਉਹਨਾਂ ਦੇ ਅੱਗੇ ਲੱਗ ਟੁਰਦਾ ਏ ਤੇ ਭੇਡਾਂ ਉਹਦੇ ਮਗਰ ਟੁਰ ਪੈਂਦੀਆਂ ਨੇ ਕਿਉਂ ਜੋ ਉਹ ਉਹਦੀ ਆਵਾਜ਼ ਪਛਾਣਦੀਆਂ ਨੇ ਤੇ ਉਹ ਓਪਰੇ ਦੇ ਮਗਰ ਨਹੀਂ ਜਾਂਦੀਆਂ ਸਗੋਂ ਉਹਦੇ ਕੋਲੋਂ ਭੱਜਣਗੀਆਂ ਕਿਉਂ ਜੋ ਉਹ ਓਪਰੇ ਦੀਆਂ ਆਵਾਜ਼ ਨਹੀਂ ਪਛਾਣਦੀਆਂ। ਯਸੂ ਇਹ ਤਮਸੀਲ ਉਹਨਾਂ ਨੂੰ ਦੱਸੀ ਪਰ ਉਹਨਾਂ ਨਹੀਂ ਸਮਝਿਆ ਭਈ ਇਹ ਗੱਲਾਂ ਕੀ ਨੇ ਜਿਹੜੀਆਂ ਉਸ ਉਹਨਾਂ ਨੂੰ ਆਖੀਆਂ। ਸੋ ਯਸੂ ਉਹਨਾਂ ਨੂੰ ਫੇਰ ਆਖਿਆ, ਮੈਂ ਤੁਹਾਨੂੰ ਸੱਚ ਸੱਚ ਆਖਣਾ, ਭੇਡਾਂ ਦਾ ਬੂਆ ਮੈਂ ਹਾਂ। ਸਾਰੇ ਜਿੰਨੇ ਮੈਥੋਂ ਪਹਿਲਾਂ ਆਏ ਚੋਰ ਤੇ ਡਾਕੂ ਨੇ, ਪਰ ਭੇਡਾਂ ਉਹਨਾਂ ਦੀ ਨਹੀਂ ਸੁਣੀ। ਬੂਆ ਮੈਂ ਹਾਂ, ਜਿਹੜਾ ਮੇਰੀ ਰਾਹੀਂ ਵੜੇ ਉਹ ਬਚ ਜਾਏਗਾ ਤੇ ਅੰਦਰ ਬਾਹਰ ਆਇਆ ਜਾਇਆ ਕਰੇਗਾ ਤੇ ਖਾਣਾ ਪਾਏਗਾ। ਚੋਰ ਬਿਨਾਂ ਚੋਰੀ ਕਰਨ ਤੇ ਕੌਣ ਤੇ ਚੋਰ ਕਰਨ ਤੋਂ ਬਿਨਾਂ ਨਹੀਂ ਆਉਂਦਾ। ਮੈਂ ਇਸ ਲਈ ਆਇਆ ਹਾਂ ਭਈ ਉਹਨਾਂ ਕੋਲ ਜੀਵਨ ਹੋਏ ਤੇ ਬਹੁਤਾ ਚੋਖਾ ਹੋਏ, ਸਗੋਂ ਬਹੁਤਾ ਉਹਨਾਂ ਨੂੰ ਮਿਲੇਗਾ। ਚੰਗਾ ਇਆਲੀ ਮੈਂ ਹਾਂ, ਚੰਗਾ ਇਆਲੀ ਭੇਡਾਂ ਲਈ ਆਪਣੀ ਜਾਨ ਦਿੰਦਾ ਹੈ। ਪਰ ਮਜ਼ਦੂਰ ਤੇ ਉਹ ਜਿਹੜਾ ਇਆਲੀ ਨਹੀਂ ਹੈ ਤੇ ਨਾ ਭੇਡਾਂ ਉਹਦੀਆਂ ਆਪਣੀਆਂ ਨੇ, ਭਗਿਆੜ ਨੂੰ ਆਉਂਦਿਆਂ ਵੇਖਦਾ ਤੇ ਭੇਡਾਂ ਨੂੰ ਛੱਡ ਕੇ ਨੱਸ ਜਾਂਦਾ ਹੈ ਤੇ ਭਗਿਆੜ ਉਹਨਾਂ ਨੂੰ ਪਾੜਦਾ ਤੇ ਵਖੇਰ ਦਿੰਦਾ ਹੈ। ਕਿਉਂ ਜੋ ਉਹ ਮਜ਼ਦੂਰ ਹੈ ਤੇ ਉਹਨੂੰ ਭੇਡਾਂ ਦੀ ਪਰਵਾਹ ਨਹੀਂ ਹੈ। ਚੰਗਾ ਇਆਲੀ ਮੈਂ ਹਾਂ ਤੇ ਮੈਂ ਆਪਣੀਆਂ ਨੂੰ ਜਾਣਨਾ ਤੇ ਮੇਰੀਆਂ ਮੈਨੂੰ ਜਾਣਦੀਆਂ ਨੇ। ਜਿਵੇਂ ਬਾਪ ਮੈਨੂੰ ਜਾਣਦਾ ਏ ਤੇ ਮੈਂ ਬਾਪ ਨੂੰ ਜਾਣਨਾ ਤੇ ਭੇਡਾਂ ਲਈ ਮੈਂ ਆਪਣੀ ਜਾਨ ਦੇਣਾ। ਮੇਰੀਆਂ ਹੋਰ ਵੀ ਭੇਡਾਂ ਨੇ ਜਿਹੜੀਆਂ ਐਸ ਵਾੜੇ ਦੀਆਂ ਨਹੀਂ, ਉਹਨਾਂ ਨੂੰ ਵੀ ਮੈਂ ਲਿਆਉਣਾ ਏ ਤੇ ਉਹ ਮੇਰੀ ਆਵਾਜ਼ ਸੁਣਨਗੀਆਂ ਤੇ ਉਹ ਇੱਕ ਇੱਜੜ ਤੇ ਇੱਕ ਆਲੀ ਹੋ ਜਾਣਗੀਆਂ। ਬਾਪ ਮੈਨੂੰ ਐਸੇ ਗੱਲੇ ਪਿਆਰ ਕਰਦਾ ਏ ਭਈ ਮੈਂ ਆਪਣੀ ਜਾਨ ਦੇਣਾ ਤਾਂ ਜੋ ਫੇਰ ਮੈਂ ਉਹਨੂੰ ਲੈ ਲਵਾਂ। ਕੋਈ ਮੈਥੋਂ ਉਹਨੂੰ ਨਹੀਂ ਖੋਂਦਾ ਪਰ ਮੈਂ ਉਹਨੂੰ ਆਪੇ ਹੀ ਦੇਣਾ। ਮੇਰਾ ਅਖਤਿਆਰ ਏ ਭਈ ਉਹਨੂੰ ਦੇ ਦਿਆਂ ਤੇ ਮੇਰਾ ਅਖਤਿਆਰ ਏ ਭਈ ਮੁੜ ਉਹਨੂੰ ਲੈ ਲਵਾਂ। ਇਹ ਹੁਕਮ ਮੈਨੂੰ ਆਪਣੇ ਬਾਪ ਕੋਲੋਂ ਮਿਲਿਆ ਏ। ਇਹਨਾਂ ਗੱਲਾਂ ਦੇ ਸਬੱਬੋਂ ਯਹੂਦੀਆਂ ਦੇ ਵਿੱਚ ਫੇਰ ਫੁੱਟ ਪਈ ਤੇ ਉਹਨਾਂ ਵਿੱਚੋਂ ਬਥੇਰਿਆਂ ਆਖਿਆ, ਉਹਦੇ ਵਿੱਚ ਬਦਰੂ ਏ, ਇਹ ਕਮਲਾ ਏ, ਕਿਉਂ ਉਹਦੀ ਸੁਣਦੇ ਹੋ? ਹੋਰਨਾਂ ਆਖਿਆ, ਇਹ ਉਹਦੀਆਂ ਗੱਲਾਂ ਨਹੀਂ ਜਿਹਨੂੰ ਬਦਰੂ ਚਮੜੀ ਹੋਏ। ਕੀ ਬਦਰੂ ਅੰਨ੍ਹਿਆਂ ਦੀਆਂ ਅੱਖੀਆਂ ਖੋਲ ਸਕਦੀ ਹੈ? ਤੇ ਯਰੂਸ਼ਲਮ ਵਿੱਚ ਤਜਦੀਦ ਦੀ ਈਦ ਆਈ, ਉਹ ਸਿਆਲ ਦੀ ਬਾਰ ਸੀ ਤੇ ਯਸੂ ਹੈਕਲ ਦੇ ਸੁਲੇਮਾਨੀ ਬਰਾਂਡੇ ਵਿੱਚ ਫਿਰਦਾ ਸੀ ਤੇ ਯਹੂਦੀਆਂ ਘੇਰਾ ਪਾ ਕੇ ਉਹਨੂੰ ਆਖਿਆ, ਕਿੰਨਾ ਕੁ ਚਿਰ ਤੂੰ ਸਾਡੇ ਜੀ ਨੂੰ ਸ਼ੱਕ ਵਿੱਚ ਰੱਖਣਾ ਏ? ਜੇ ਤੂੰ ਮਸੀਹ ਏ ਤੇ ਸਾਨੂੰ ਸਾਫ਼ ਦੱਸ। ਯਸੂ ਉਹਨਾਂ ਨੂੰ ਜਵਾਬ ਦਿੱਤਾ, ਮੈਂ ਤੁਹਾਨੂੰ ਦੱਸਿਆ ਤੇ ਤੁਸੀਂ ਨਹੀਂ ਮੰਨਦੇ। ਜਿਹੜੇ ਕੰਮ ਮੈਂ ਆਪਣੇ ਬਾਪ ਦੇ ਨਾਂ ਉੱਤੇ ਕਰਨਾ ਮੇਰੇ ਗਵਾਹ ਨੇ, ਪਰ ਤੁਸੀਂ ਨਹੀਂ ਮੰਨਦੇ ਕਿਉਂ ਜੋ ਤੁਸੀਂ ਮੇਰੀਆਂ ਭੇਡਾਂ ਵਿੱਚੋਂ ਨਹੀਂ ਹੋ। ਮੇਰੀਆਂ ਭੇਡਾਂ ਮੇਰੀ ਆਵਾਜ਼ ਸੁਣਦੀਆਂ ਨੇ ਤੇ ਮੈਂ ਉਹਨਾਂ ਨੂੰ ਜਾਣਨਾ ਤੇ ਉਹ ਮੇਰੇ ਮਗਰ ਟੁਰਦੀਆਂ ਨੇ ਤੇ ਮੈਂ ਉਹਨਾਂ ਨੂੰ ਸਦਾ ਦੀ ਜ਼ਿੰਦਗੀ ਦੇਣਾ ਤੇ ਉਹ ਕਦੀ ਹਲਾਕ ਨਾ ਹੋਣਗੀਆਂ ਤੇ ਕੋਈ ਮੇਰੇ ਹੱਥੋਂ ਉਹਨਾਂ ਨੂੰ ਨਹੀਂ ਖੋਵੇਗਾ। ਮੇਰਾ ਬਾਪ ਜਿਸ ਉਹਨਾਂ ਨੂੰ ਮੈਨੂੰ ਦਿੱਤਾ ਏ ਸਾਰਿਆਂ ਨਾਲੋਂ ਵੱਡਾ ਏ ਤੇ ਕੋਈ ਬਾਪ ਦੇ ਹੱਥੋਂ ਖੋ ਨਹੀਂ ਸਕਦਾ। ਮੈਂ ਤੇ ਬਾਪ ਇੱਕ ਹਾਂ। ਯਹੂਦੀਆਂ ਫੇਰ ਪੱਥਰ ਚੁੱਕ ਕੇ ਭਈ ਉਹਨੂੰ ਮਾਰਨ। ਯਸੂ ਉਹਨਾਂ ਨੂੰ ਜਵਾਬ ਦਿੱਤਾ,
ਭਈ ਬਥੇਰੇ ਚੰਗੇ ਕੰਮ ਮੈਂ ਬਾਪ ਵੱਲੋਂ ਤੁਹਾਨੂੰ ਵਿਖਾਏ, ਉਹਨਾਂ ਵਿੱਚੋਂ ਕਿਹੜੇ ਕੰਮ ਬਦਲੇ ਮੈਨੂੰ ਪੱਥਰ ਮਾਰਦੇ ਹੋ? ਯਹੂਦੀਆਂ ਉਹਨੂੰ ਜਵਾਬ ਦਿੱਤਾ, ਅਸੀਂ ਤੈਨੂੰ ਚੰਗੇ ਕੰਮ ਲਈ ਪੱਥਰ ਨਹੀਂ ਮਾਰਦੇ ਪਰ ਕੁਫਰ ਲਈ, ਕਿਉਂ ਜੋ ਤੂੰ ਬੰਦਾ ਹੋ ਕੇ ਆਪਣੇ ਆਪ ਨੂੰ ਖੁਦਾ ਬਣਾਉਂਦਾ। ਯਿਸੂ ਉਹਨਾਂ ਨੂੰ ਜਵਾਬ ਦਿੱਤਾ, ਤੁਹਾਡੀ ਸ਼ਰੀਅਤ ਵਿੱਚ ਇਹ ਨਹੀਂ ਲਿਖਿਆ ਭਈ ਮੈਂ ਆਖਣਾ ਤੁਸੀਂ ਖੁਦਾ ਹੋ? ਜਦ ਉਸ ਉਹਨਾਂ ਨੂੰ ਜਿਨ੍ਹਾਂ ਨੂੰ ਖੁਦਾ ਦਾ ਕਲਾਮ ਯਾਦ ਆਇਆ ਖੁਦਾ ਆਖਿਆ, ਤੇ ਪਾਕ ਕਿਤਾਬ ਝੂਠੀ ਨਹੀਂ ਹੋ ਸਕਦੀ। ਜਿਹਨੂੰ ਬਾਪ ਨੇ ਮੁਕੱਦਸ ਕੀਤਾ ਤੇ ਦੁਨੀਆਂ ਵਿੱਚ ਘੱਲਿਆ, ਤੁਸੀਂ ਉਹਨੂੰ ਆਖਦੇ ਹੋ ਭਈ ਤੂੰ ਕੁਫਰ ਬਕਣਾ ਏ? ਜਦ ਮੈਂ ਆਖਿਆ ਭਈ ਮੈਂ ਖੁਦਾ ਦਾ ਪੁੱਤਰ ਹਾਂ? ਜੇ ਮੈਂ ਆਪਣੇ ਬਾਪ ਦੇ ਕੰਮ ਨਾ ਕਰਾਂ ਤੇ ਮੈਨੂੰ ਨਾ ਮੰਨੋ, ਪਰ ਜੇ ਮੈਂ ਕਰਨਾ ਤਦ ਮੈਨੂੰ ਭਾਵੇਂ ਨਾ ਹੀ ਮੰਨੋ ਪਰ ਮੇਰੇ ਕੰਮਾਂ ਨੂੰ ਤੇ ਮੰਨੋ, ਤਾਂ ਜੋ ਤੁਸੀਂ ਜਾਣੋ ਤੇ ਸਮਝੋ ਭਈ ਬਾਪ ਮੇਰੇ ਵਿੱਚ ਤੇ ਮੈਂ ਬਾਪ ਵਿੱਚ। ਸੋ ਉਹ ਉਹਨੂੰ ਫੜਨ ਦਾ ਦਾਅ ਲਾਉਣ ਲੱਗੇ ਤੇ ਉਹ ਉਹਨਾਂ ਦੇ ਹੱਥੋਂ ਨਿਕਲ ਗਿਆ। ਤਦ ਫਿਰ ਉਹ ਯਰਦਨੋਂ ਪਾਰ ਗਿਆ, ਜਿਹੜੇ ਥਾਂ ਯੂਹੰਨਾ ਪਹਿਲਾਂ ਬਪਤਿਸਮਾ ਦੇਂਦਾ ਹੁੰਦਾ ਸੀ, ਤੇ ਉੱਥੇ ਰਿਹਾ। ਤੇ ਬਹੁਤਿਆਂ ਉਹਦੇ ਕੋਲ ਆਣ ਕੇ ਆਖਿਆ, ਯੂਹੰਨਾ ਕੋਈ ਮੌਜਜ਼ਾ ਨਾ ਕੀਤਾ ਪਰ ਜਿੰਨੀਆਂ ਗੱਲਾਂ ਯੂਹੰਨਾ ਉਹਦੇ ਹੱਕ ਵਿੱਚ ਆਖੀਆਂ ਸਾਰੀਆਂ ਸੱਚ ਨਿਕਲੀਆਂ, ਤੇ ਉਸ ਥਾਂ ਬਥੇਰਿਆਂ ਉਹਦੇ ਉੱਤੇ ਇਮਾਨ ਲਿਆਂਦਾ।